ਕਹਾਣੀ ਕਹਾਣੀ ਸੰਗ੍ਰਹਿ ਜਿਸ ਵਿੱਚ ਅਸੀਂ ਕਹਾਣੀ ਪੜ੍ਹ ਰਹੇ ਹਾਂ ਚੌਥੀ ਕੂਟ ਵਰਿਆਮ ਸੰਧੂ ਦੁਆਰਾ ਲਿਖੀ ਗਈ। ਦੂਸਰੇ ਭਾਗ ਵਿੱਚ ਬੱਚਿਓ ਅਸੀਂ ਪੜ੍ਹ ਚੁੱਕੇ ਹਾਂ ਕਿ ਲੇਖਕ ਲੇਖਕ ਦਾ ਦੋਸਤ ਜੁਗਲ ਤੇ ਅਧਖੜ ਉਮਰ ਦਾ ਸਰਦਾਰ ਜਲੰਧਰੋਂ ਅੰਮ੍ਰਿਤਸਰ ਜਾਣ ਦੇ ਵਸੀਲੇ ਵਿੱਚ ਜੁਟੇ ਹੋਏ ਆ, ਪਰ ਉਹਨਾਂ ਨੂੰ ਸੁਣਨ ਲਈ ਕੋਈ ਵੀ ਤਿਆਰ ਨਹੀਂ ਹੈ। ਅਧਖੜ ਸਰਦਾਰ ਸਰਦਾਰ ਹਵਲਦਾਰ ਨੂੰ ਵੀ ਤਾਲਾ ਕੱਢਦਾ, ਪਰ ਉਹ ਵੀ ਮੁੱਕਰ ਜਾਂਦਾ ਹੈ ਕਿਉਂਕਿ ਹਾਲਾਤ ਇਹੋ ਜਿਹੇ ਹੈ ਕਿ ਉਹ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ਤੋਂ ਮਨਾ ਕਰ ਦਿੰਦਾ ਹੈ। ਜੁਗਲ ਵੀ ਹਿੰਮਤ ਮਾਰਦਾ ਹੈ ਤੇ ਉਹ ਵੀ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਨੂੰ ਪੁੱਛਾਂਦਾ, ਪਰ ਉੱਥੋਂ ਵੀ ਉਹਨਾਂ ਨੂੰ ਕੋਰੀ ਨਾ ਹੀ ਮਿਲਦੀ ਹੈ। ਲੇਖਕ ਇੱਕ ਵਾਰ ਫੇਰ ਆਪਣੇ ਕੋਲੋਂ ਲੰਘਦੇ ਹਵਾਲਦਾਰ ਦੀ ਮਿੰਨਤ ਕਰਦਾ, ਉਹ ਵੀ ਅੱਗੋਂ ਖਿੱਚ ਜਾਂਦਾ ਹੈ, ਪਰ ਨਾਲ ਦੀ ਨਾਲ ਉਹ ਇਹ ਵੀ ਕਹਿ ਦਿੰਦਾ ਹੈ ਕਿ ਜਾ ਕੇ ਤੁਸੀਂ ਗਾਰਡ ਦੇ ਨਾਲ ਗੱਲ ਕਰ ਲਓ ਤਾਂ ਚੰਗਾ ਹੈ, ਸ਼ਾਇਦ ਕੋਈ ਉਹਨਾਂ ਦਾ ਅੰਮ੍ਰਿਤਸਰ ਜਾਣ ਦਾ ਵਸੀਲਾ ਬਣ ਜਾਵੇ। ਉਸ ਤੋਂ ਬਾਅਦ ਪੜ੍ਹਦੇ ਹਾਂ ਬੱਚਿਓ, ਅਸੀਂ ਆਸ ਨਾਲ ਗਾਰਡ ਦੇ ਡੱਬੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕਦਮ ਉਰਾਂ ਖਲੋ ਗਏ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੋਤੇ ਰਹਾਂਗੇ, ਕਿਤੇ ਉਹ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਤੇ ਅਸੀਂ ਅਜੇ ਗੱਲ ਵੀ ਨਾ ਕਰ ਸਕੀਏ। ਬਾਊ ਜੀ ਤੁਸੀਂ ਕਰੋ ਗੱਲ, ਗਾਰਡ ਦੀ ਬਾਹਰੀ ਦਿੱਖ ਦੇਖ ਕੇ ਹੀ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਨਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ, ਸਰ ਬੜੀ ਪ੍ਰੋਬਲਮ 'ਚ ਫਸ ਗਏ ਹਾਂ, ਚੰਡੀਗੜ੍ਹੋਂ ਬੱਸ 'ਤੇ ਤੁਰੇ ਸਾਂ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਗਈ, ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਵੇਗੀ ਤੁਹਾਡੀ, ਮੁਸ਼ਕਲ 'ਚ ਬੰਦਾ ਹੀ ਬੰਦੇ ਦਾ ਬੰਦੇ ਦੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਖੜਾ ਕੇ ਚਲੇ ਜਾਂਗੇ। ਦੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ, ਮੈਂ ਉਸਦੇ ਮਿਹਰਬਾਨ ਬੁੱਲ ਖੁੱਲਣ ਦੀ ਉਡੀਕ ਕਰ ਰਿਹਾ ਸਾਂ। ਸ਼੍ਰੀਮਾਨ ਜੀ ਉੱਤੋਂ ਮਾਹੌਲ ਤਾਂ ਵੇਖੋ ਕਿਹੋ ਜਿਹਾ, ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ ਵਿੱਚ ਪਾਉਣਾ, ਰਾਦਰ ਆਪਣੀ ਜਾਨ ਖਤਰੇ ਵਿੱਚ ਪਾਉਣਾ, ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ, ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ। ਅਕਸਰ ਕੁਝ ਸੋਚ ਕੇ ਹੀ ਤਾਂ ਅਗਲਿਆਂ ਨੇ ਬੰਦ ਕੀਤੀਆਂ ਨੇ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੌਰੀ। ਉਹ ਕੋਲ ਖੜੋਤੇ ਬੰਦੇ ਨਾਲ ਹੱਥ ਮਿਲਾ ਕੇ ਡੱਬੇ ਵਿੱਚ ਵੜ ਗਿਆ। ਮਾਮਾ ਮਾਹੌਲ ਦਾ, ਜੁਗਲ ਹੱਸਿਆ ਤੇ ਫਿਰ ਉਹ ਸਾਡੀ ਗਲੀ ਦੇ ਪੰਡਿਤ ਰਾਮ ਚੰਦ ਦੇ ਹਵਾਲੇ ਨਾਲ ਗੱਲ ਕਰਨ ਲੱਗਾ ਤੇ ਫਿਰ ਉਹ ਸਾਡੀ ਗਲੀ ਦੇ ਪੰਡਿਤ ਰਾਮ ਚੰਦ ਦੇ ਹਵਾਲੇ ਨਾਲ ਗੱਲ ਕਰਨ ਲੱਗਾ ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਰਹਿੰਦਾ ਸੀ, ਮਾਹੌਲ ਬੜਾ ਖਰਾਬ ਹੈ ਜੀ, ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ। ਉਹ ਮਾਹੌਲ ਹੀ ਨਹੀਂ ਰਹਿ ਗਿਆ ਜਦੋਂ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲੇ ਮਿਲ ਕੇ ਖੁਸ਼ ਹੁੰਦੇ ਸਨ। ਲੀਡਰਾਂ ਨੇ ਕੁਰਸੀ ਦੇ ਭੁੱਖਿਆਂ ਨੇ ਮਾਹੌਲ ਵਿੱਚ ਜ਼ਹਿਰ ਘੋਲ ਦਿੱਤਾ ਹੈ। ਕੋਈ ਕਿਸੇ ਦੇ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਹਾਇਆ ਫਿਰਦਾ, ਉਹ ਮਾਹੌਲ ਹੀ ਨਹੀਂ ਰਹਿ ਗਿਆ ਜੀ। ਲੋਕਾਂ ਨੇ ਪੰਡਿਤ ਰਾਮ ਚੰਦ ਦਾ ਨਾਂ ਪੰਡਿਤ ਮਾਹੌਲ ਰੱਖ ਦਿੱਤਾ ਸੀ। ਉਹ ਉਸਨੂੰ ਛੇੜਦੇ, ਪੰਡਿਤ ਮਾਹੌਲ ਜੀ ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸੇ ਹਵਾਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ, ਓਕੇ ਸਰ, ਰੈਡੀ। ਬੰਦੇ ਬੈਠ ਗਏ ਤੁਹਾਡੇ? ਜੀ ਜੀ, ਹੌਲਦਾਰ ਨੇ ਸੁਭਾਵਕ ਹੀ ਸਲੂਟ ਦੇ ਅੰਦਾਜ਼ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ ਤੇ ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਜਾ ਹੱਥ ਪਾਇਆ, ਗਾਰਡ ਅੱਗੇ ਖੜੋਤਾ ਸੀ। ਕੀ ਕਰਦੇ ਹੋ ਬਾਊ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਲਿਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ, ਤੁਸੀਂ ਨਾ ਕਰੋ ਹਮਦਰਦੀ ਤਾਂ ਹੋਰ ਕੌਣ ਕਰੂ, ਤਰਸ ਕਰੋ ਸਾਡੇ ਤੇ। ਮੈਂ ਮਹਿਸੂਸ ਕੀਤਾ ਉਸਦੇ ਵਤੀਰੇ ਵਿੱਚ ਥੋੜੀ ਜਿਹੀ ਲਚਕ ਆ ਗਈ ਸੀ। ਮੈਂ ਪਾਇਦਾਨ ਤੇ ਪੈਰ ਧਰਿਆ ਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆਵੜੇ ਜੁਗਲ ਨੂੰ ਗਾਰਡ ਹਰਖ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ, ਅਕਲ ਕਰੋ ਕੋਈ। ਇੰਨੇ ਚਿਰ ਵਿੱਚ ਗੱਡੀ ਹੌਲੀ ਹੌਲੀ ਤੁਰ ਪਈ ਸੀ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ ਤੇ ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਸਰਦਾਰ ਜੀ, ਰੱਬ ਦਾ ਵਾਸਤਾ ਈ, ਮੇਰੇ ਨਾਲ ਭਾਰ ਤਾਂ ਨਹੀਂ ਲੱਗਣ ਲੱਗਾ ਗੱਡੀ ਨੂੰ, ਤੇਰੇ ਬੱਚੇ ਜਿਉਣ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿ ਕਿਧਰੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੀ ਆਪਣੇ ਪ੍ਰਤੀ ਅਪਣੱਤ ਦਾ ਖਿਆਲ ਆਇਆ। ਕੋਈ ਨਹੀਂ, ਆਪਣਾ ਬੰਦਾ ਆ ਲੈਣ ਦਿਓ,
ਅੰਦਰ ਹੋ ਕੇ ਮੈਨੂੰ ਜਾਪਦਾ ਸੀ ਜਿਵੇਂ ਮੇਰਾ ਵੀ ਗੱਡੀ ਤੇ ਕੋਈ ਹੱਕ ਬਣਦਾ ਸੀ ਤੇ ਗਾਰਡ ਦੇ ਵੀ। ਬਹੁਤੀ ਹਮਦਰਦੀ ਹੈ ਤਾਂ ਤੁਸੀਂ ਵੀ ਥੱਲੇ ਹੋ ਜਾਓ। ਗਾਰਡ ਮੇਰੇ ਵੱਲ ਮੂੰਹ ਕਰਕੇ ਝੜਕ ਕੇ ਪਿਆ। ਇੰਨੇ ਚਿਰ ਵਿੱਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ ਸੀ। ਗਾਰਡ ਵਿਚਾਰਗੀ ਵਿੱਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਐ ਤੁਹਾਡੀ ਇਹ ਕੋਈ ਤਰੀਕਾ? ਉਹ ਸਾਡੇ ਤਿੰਨਾਂ ਤੇ ਬੁੜਬੁੜਾ ਰਿਹਾ ਸੀ। ਇੰਨੇ ਚਿਰ ਵਿੱਚ ਗੱਡੀ ਪਲੇਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬੁਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਵੇ। ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ, ਕਿਸੇ ਦਾ ਵੀ ਕੋਈ ਖਿਆਲ ਨਹੀਂ। ਇੱਕ ਨੂੰ ਰਾਹ ਦਿੱਤਾ ਤਾਂ ਤਿੰਨ ਅੰਦਰ ਆ ਵੜੇ, ਲਿਹਾਜ਼ ਨੂੰ ਕੋਈ ਥਾਂ ਹੀ ਨਹੀਂ। ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ ਵਿੱਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਜਿਵੇਂ ਉਹ ਬਿਆਸ ਦਰਿਆ ਦੇ ਕੰਢੇ ਤੇ ਗੱਡੀ ਖੜੀ ਕਰੇਗਾ ਤੇ ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਵੇਗਾ, ਉੱਚੇ ਲੰਮੇ ਬੂਝਿਆਂ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਾਇਆ। ਉਹ ਉਹਨੇ ਗੁੱਸੇ ਅਤੇ ਨਫ਼ਰਤ ਵਿੱਚ ਸਿਰ ਹਿਲਾਇਆ। ਹਰਫੜਿਆ ਅਤੇ ਘਬਰਾਇਆ ਹੋਇਆ ਜਦੋਂ ਮੈਂ ਥੋੜਾ ਆਪਣੇ ਆਪ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ ਵਿੱਚ ਚਾਰ ਚੁਫੇਰੇ ਵੇਖਿਆ। ਚਾਰ ਜਣੇ ਡੱਬੇ ਵਿੱਚ ਹੋਰ ਸਨ, ਦੋ ਜਣੇ ਤਾਂ ਸਮਾਨ ਰੱਖਣ ਵਾਲੀ ਸੀਟ ਵਿੱਚ ਅੜ ਕੇ ਬੈਠੇ ਹੋਏ ਸਨ ਤੇ ਦੋ ਜਣੇ ਪਰੇ ਪਈ ਇੱਕ ਲੱਕੜ ਦੀ ਪੇਟੀ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਵਿੱਚ ਕੋਈ ਨਹੀਂ ਬੋਲਿਆ, ਸ਼ਾਇਦ ਉਹ ਵੀ ਸਾਡੇ ਵਰਗੇ ਸਨ। ਉਹਨਾਂ ਦੀ ਚੁੱਪ ਦੱਸਦੀ ਸੀ ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ, ਤੈਨੂੰ ਕਿਸੇ ਨਾਲ ਕੀ। ਲੋਟੇ ਵੇਲੇ ਤੋਂ ਹੀ ਕਾਲੀ ਹਫੜਾ ਦਫੜੀ ਭੈ ਅਤੇ ਸਹਿਮ ਦੇ ਸੰਗ ਸੰਗ ਚੱਲਦੇ ਰਹਿਣ ਕਰਕੇ ਮੇਰਾ ਸਿਰ ਸੁੰਨ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਵਿਚਲੇ ਹਰੇਕ ਬੰਦੇ ਦੇ ਚਿਹਰੇ ਵੱਲ ਬੜੇ ਗੌਹ ਨਾਲ ਝਾਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਵਿੱਚ ਧੌਣਾ ਨੀਵੀਆਂ ਕੀਤੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕੋਈ ਕਰਮਚਾਰੀ ਸਨ। ਗਾਰਡ ਨਾਲ ਉਹਨਾਂ ਦੀ ਗੱਲਬਾਤ ਤੋਂ ਇਹੋ ਹੀ ਪ੍ਰਗਟ ਹੁੰਦਾ ਸੀ। ਪਰ ਇਹ ਲੱਕੜੀ ਦੀ ਪੇਟੀ ਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ ਸਨ, ਇੱਕ ਮੁੱਛ ਫੁੱਟਦੀ ਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵਾਲਾ ਪਤਲਾ ਜਿਹਾ ਮੁੰਡਾ ਜਿਸਦੇ ਸਿਰ ਤੇ ਪੋਚ ਕੇ ਵੱਜੀ ਹੋਈ ਉਨਾਬੀ ਪੱਗ ਸੀ ਕਾਲਜੀ ਇੱਟਾਂ ਵਰਗਾ, ਦੂਸਰਾ ਉਸ ਤੋਂ 5-7 ਸਾਲ ਵੱਡਾ ਸੀ ਭਾਰੇ ਜੁੱਸੇ ਦਾ, ਸਿਰ ਤੇ ਵੱਜੀ ਨੀਲੀ ਪੱਗ ਤੇ ਭਰਵੀਂ ਖੁੱਲੀ ਦਾੜੀ। ਉਹ ਕੋਈ ਗੱਲ ਨਹੀਂ ਸਨ ਕਰ ਰਹੇ, ਇੱਕ ਦੂਜੇ ਨਾਲ ਲੱਗ ਕੇ ਚੁੱਪ ਚਾਪ ਬੈਠੇ ਸਨ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜੀ ਜਿਹੀ ਜਾਪੀ। ਇੰਜ ਚੁੱਪ ਕੀਤੇ ਹੀ ਇਹੋ ਜਿਹੇ ਲੋਕ ਚੀਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਹਨ ਤੇ ਫਿਰ ਯੋਗ ਮੌਕਾ ਵੇਖ ਕੇ ਘਾਤਕ ਹਮਲਾ ਕਰਨ ਲਈ ਝਪਟ ਪੈਂਦੇ ਹਨ। ਸੋ ਹੁਣ ਵੀ ਇੱਥੇ ਲੇਖਕ ਨੂੰ ਉਹਨਾਂ ਦੋ ਸਰਦਾਰ ਨੌਜਵਾਨਾਂ ਨੂੰ ਦੇਖ ਕੇ ਡਰ ਲੱਗ ਰਿਹਾ, ਉਹਨਾਂ ਤੋਂ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਵੀ ਉਹਨੂੰ ਆਤੰਕਵਾਦੀ ਦਿਖ ਰਹੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਕਿਸੇ ਤੇ ਵੀ ਸ਼ੱਕ ਕਰਨਾ ਸੁਭਾਵਿਕ ਹੈ। ਮੈਂ ਤਾਂ ਹੋਰ ਧਿਆਨ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਾ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੰਜ ਹੀ ਲੱਗਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DPE ਦੇ ਬੋਲਾਂ ਵਿੱਚ, ਆ ਗਏ ਗੰਗੂ ਬਾਹਮਣ ਦੀ ਔਲਾਦ ਕਾਬੂ, ਅੱਜ ਬਚ ਕੇ ਜਾਓ, ਕਿੱਥੇ ਜਾਣਾ ਜੇ ਪੁੱਤ। ਹਰਿਮੰਦਰ ਦੀ ਵਾਰ ਤਾਂ ਸੀਨੇ ਵਿੱਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ, ਤੇ ਮੈਂ ਇੱਕ ਵਾਰਗੀ ਕੰਮ ਹੀ ਤਾਂ ਗਿਆ ਜਦੋਂ ਉਸ ਨੌਜਵਾਨ ਨੇ ਮੈਨੂੰ ਹੀ ਉੱਚੀ ਆਵਾਜ਼ ਵਿੱਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ ਵਿੱਚ ਸਿਰ ਹਿਲਾਇਆ, ਇੱਥੇ ਇੱਕ ਜਾਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਆ। ਦੋ ਜਾਣੇ ਹਾ ਟਰੰਕ ਪਿਆ ਤੁਹਾਡੇ ਕੋਲ, ਉਹਦੇ ਤੇ ਬੈਠ ਜਾਓ, ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ ਅਜੇ, ਖਲੋਤੇ ਖਲੋਤੇ ਤਾਂ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸਾਂ। ਉਸ ਨੌਜਵਾਨ ਦੇ ਬੋਲਾਂ ਵਿੱਚ ਲਈ ਅਪਣੱਤ ਵੇਖ ਕੇ ਮੈਨੂੰ ਸ਼ਰਮ ਜਿਹੀ ਵੀ ਆਈ, ਪਰ ਫਿਰ ਵੀ ਮੇਰਾ ਉਸ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਨਾਂ ਕੋਲ ਜਾਣ ਲਈ ਆਖਿਆ, ਜਿਉਂਦੇ ਰਹੋ ਜਿਉਂਦੇ ਰਹੋ, ਸ਼ਾਬਾਸ਼ੇ। ਸਰਦਾਰ ਨੇ ਉਹਨਾਂ ਨਾਲ ਅੜ ਕੇ ਬੈਠਦਿਆਂ ਉਨਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਵੇਖ ਰਿਹਾ ਸੀ। ਮੈਂ ਉਸਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾਰ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫੀ ਭਾਰੀ ਅਤੇ ਮਜ਼ਬੂਤ ਸੀ, ਪਰ ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਸਨੂੰ ਖੁਸ਼ ਕਰਨਾ ਚਾਹਿਆ।
ਗਾਰਡ ਨੇ ਸਾਨੂੰ ਟਰੰਕ ਤੇ ਬੈਠਿਆਂ ਵੇਖ ਕੇ ਫਟਕਾਰਨ ਦੇ ਲਹਿਜੇ ਵਿੱਚ ਆਖਿਆ, ਤੋੜ ਦਿਓ ਤੋੜ ਦਿਓ, ਕੋਈ ਭਲਾ ਨਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜੇ ਹੋ ਜਾਂਦੇ ਸਨ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਬਹਿ ਜਾ ਹੁਣ, ਉਸਨੇ ਫੈਸਲਾ ਸੁਣਾਉਂਦਿਆਂ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁਪਕੇ ਜਿਹੇ ਟਰੰਕ ਉੱਤੇ ਬੈਠ ਗਿਆ। ਮੈਨੂੰ ਜਾਪਿਆ ਜਿਵੇਂ ਮੈਂ ਤਾਂ ਚਾਬੀ ਵਾਲਾ ਕੋਈ ਖਿਡੌਣਾ ਸਾਂ, ਦਿਲ ਦਿਮਾਗ ਤੋਂ ਬਿਨਾਂ, ਲਹੂ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ ਜਿਹੀ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦਾ ਫਨ ਫੈਲਾਈ ਸਿਰ ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਘੱਟ ਆਈਆਂ ਸਨ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਵਿੱਚ ਉੱਤਰ ਆਈ ਸੀ। 10 ਕੁ ਸਾਲ ਪਹਿਲਾਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸਨ। ਉਸ ਦਿਨ ਹੈਡਮਾਸਟਰ ਨਾਲ ਤਨਖਾਹ ਕਢਾਉਣ ਚਲਾ ਗਿਆ ਸਾਂ, ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਬੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ ਤੇ ਚੜਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਸਨ, ਪਰ ਉਦੋਂ ਦਿਨ ਚੰਗੇ ਸਨ। ਅੱਡੇ ਤੇ ਉਤਰੇ ਤਾਂ ਸੂਰਜ ਕਾਫੀ ਦੇਰ ਦਾ ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਵਿੱਚੋਂ ਦੀ ਵੜ ਪਾ ਕੇ ਲੰਘਦੀ ਸੀ। ਦੂਜਾ ਰਾਹ ਸੀ ਇਸ ਦੂਜੇ ਪਿੰਡ ਦੇ ਖੇਤਾਂ ਵਿੱਚੋਂ ਦੀ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਸਿੱਧੀ ਰਾਮਪੁਰ ਦੀ ਫਿਰਨੀ ਤੇ ਜਾ ਚੜ੍ਹਦੀ ਸੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟੋ ਵੱਟ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਵਿੱਚ ਤੁਰੇ ਜਾ ਰਹੇ ਸਾਂ। ਮੇਰੀ ਪਤਨੀ ਮੇਰੇ ਤੇ ਖਿੱਚ ਰਹੀ ਸੀ ਜਿਸਨੇ ਇੰਨਾ ਕੁਵੇਲਾ ਕਰ ਦਿੱਤਾ ਸੀ। ਉਹਦੇ ਗਲ ਗਹਿਣਾ ਸੀ, ਸਾਡੇ ਕੋਲ ਪੈਸੇ ਸਨ, ਜੇ ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੀ ਹੋ ਜਾਵੇ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸਾਂ। ਮੇਰੇ ਮਨ ਵਿੱਚ ਸੀ ਕਿ ਸਾਹਮਣੇ ਜਿਹੜਾ ਬੱਲਬ ਜਗ ਰਿਹਾ ਸੀ ਉਹ ਉਸ ਬਹਿਕਦਾ ਸੀ ਜਿਸਦੇ ਐਨ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬੱਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਹਦੇ ਬਾਹਰ ਬਾਰ 2 ਵੱਡੀਆਂ ਕਿੱਕਰਾਂ ਸਨ ਜਿਨ੍ਹਾਂ ਦੇ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਕਾ ਕੋਠਾ ਸੀ ਜਿਸਦੇ ਸਿਰ ਤੇ ਬੱਲਬ ਜਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬੱਲਬ ਦੀ ਮੱਧਮ ਰੋਸ਼ਨੀ ਵਿੱਚ ਸਲੇਟੀ ਧੂੰਆਂ ਹਵਾ ਵਿੱਚ ਉੱਡ ਰਿਹਾ ਸੀ ਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ ਵਿੱਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ ਵਿੱਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗੇ। ਮੈਂ ਕੰਬ ਗਿਆ।